बिस्मिल्लाह रहमान रहीम अस्सलाम वालेकुम। अल्लाह पाक तुहानू सारयां नू खुश ते आबाद रखे, आमीन। जिहड़े बीमार ने अल्लाह पाक उन्हां नू शफा देवे, आमीन। मोहसिन नवाज, हाँ जी, एक फैमिली ने सानू एमरजेंसी कॉल करके बुलवाया वा कि साडी हालत जिहड़ी आ उहदे मियाँ दी, बाजी दी मियाँ दी सीरीयस कंडीशन आ, ते चलदे आ आपां उन्हां नू देखदे आ कि उन्हां दी तबीयत नू की होया या ज़्यादा मसला किस वजह तों बणिया वा। हाँ जी, हाँ जी। नहीं बेटा, बुरी बात, छोने अच्छे नहीं कटे हो, गंदे हो गए पपरी बाच। चलो चले, आ जाओ फातिमा जी। चलो जी, नयाब नु काबू करना तो है मुश्किल काम आ। इस तो असी नयाब नु मिट्टी बहुत ज्यादा है ना, इस तरीके ना काबू किया होया। हां जी, अस्सलाम वालेकुम। वालेकुम सलाम। छोड़ दो इतने। चलो जी, कैसी हैं बाजी? ठीक हैं, शुक्र है अल्लाह पाक ठीक ही रखे। की मसला बनया भाजी हुनी नु? अस्सलाम वालेकुम। ਹੁਣ ਕੀ ਹੋਇਆ ਬਈ? ਮਸਾਨ ਦਾ ਜਨ ਆਪਰੇਸ਼ਨ ਕੀਤਾ ਨਾ ਨਾ ਹੂੰ ਜਨ ਜਿਆ ਪਿਸ਼ਾਬ ਨਾ ਬੰਦਾ ਬੰਦ ਹੋ ਗਿਆ, ਮੈਂ ਆਪਰੇਸ਼ਨ ਕਰਵਾਇਆ ਮੈਂ ਹੂੰ ਉਹਨਾਂ ਪੈਪ ਅੰਦਰ ਛੋੜ ਦਿੱਤਾ ਨੇ। ਅੱਛਾ, ਉਹ ਦਵਾਈ ਖਾਂਦਾ ਰਹਿ ਗਿਆ ਬਈ, ਦਰਦ ਕਹਿਣਾ ਹੁੰਦਾ ਹੈ। ਅੱਛਾ, ਦੇ 15 16 ਡੀ ਥੀ ਗਿਆ ਦਵਾਈ ਦਾ ਡਾ ਦੀ ਉਹਨਾਂ ਆਖਿਆ ਹੂੰ ਹੁਣ ਬੜਾ ਦਰਦ ਥਿੰਦਾ ਪਿਸ਼ਾਬ ਦਾ। ਅੱਛਾ, ਵਾਲ ਮੈਂ ਡਾਕਟਰ ਕੋਲ ਗਿਆ, ਉਹਨਾਂ ਆ ਕੇ ਸਾਰੇ ਨਾ ਦੁਬਾਰਾ ਟੈਸਟ ਥੀ ਸਨ। ਅੱਛਾ, ਤੇ ਦੂਜੇ ਨਾ ਤੇਰੇ ਗੁੜ ਦੇ ਪੱਥਰੀ ਵੀ ਥਈ ਖੜੀ ਹੈ। ਅੱਛਾ, ਕੋਸ਼ਿਸ਼ ਕਰੈਸੂ ਇਹਨੇ ਪੈਪ ਨਿਕਲ ਗਿਆ ਤਾਂ ਠੀਕ, ਨਾ ਤਾਂ ਗੁੜਦੇ ਦਾ ਦੁਬਾਰਾ ਆਪਰੇਸ਼ਨ ਕਰੈਸੂ। ਪਹਿਲੇ ਇੱਕ ਦਫਾ ਆਪਰੇਸ਼ਨ ਹੋਇਆ? ਪਹਿਲੇ ਤਾਂ ਗੁੜਦਾ ਹੈ ਵੀ ਇੱਕੋ ਇੱਕ ਦਾ ਨਿਕਲ ਗਿਆ। ਇੱਕ ਗੁੜਦਾ ਤਾਂ ਤੁਹਾਡਾ ਹੈ ਜੀ, ਹਾਂ, ਲੇਕਿਨ ਇੱਕ ਜਿਹੜਾ ਤੁਹਾਡਾ ਬਕਾਇਆ ਗੁੜਦਾ ਬਚਿਆ ਵਾ ਉਹਦਾ ਵੀ ਤਾਂ ਇੱਕ ਦਫਾ ਆਪਰੇਸ਼ਨ ਹੋਇਆ ਹੋਵੇ? ਨਹੀਂ ਨਹੀਂ ਨਹੀਂ, ਉਹ ਤਾਂ ਨਹੀਂ। ਨਹੀਂ, ਉਹ ਮਸਾਨੇ ਦੇ ਚ ਨਾ ਨਾਪ ਸੀ ਜੂ ਨਾ ਪੈਂਪ ਟਪਾ ਦਿੱਤੇ ਨਾ ਅੰਦਰ। ਅੱਛਾ ਜੀ, ਆ ਪਤਾ ਨਹੀਂ ਕਿਵੇਂ ਸਿਸਟਮ ਨਾਲ ਲਾਏ ਨੇ। ਅੱਛਾ, ਦੇ ਕਾਲ ਰਿਪੋਰਟਾਂ ਬੜੀਆਂ ਕਰਵਾਣ, ਇਹ ਹੈਕ ਰਿਪੋਰਟ ਦੇ ਵਿੱਚ ਮੈਂ ਬੜਾ ਰੋਲਾ। ਅੱਛਾ, ਤੇ ਡਾਕਟਰ ਵਾਲੇ ਰਿਪੋਰਟ ਐਕਸਰਾ ਡੇ ਕੀ ਤੇ ਸੀ ਆਖੇ ਇਹਦੀ ਰਿਪੋਰਟ ਕਹਿੰਦਾ ਵਾਲੀ ਇਹਦੀ ਰਿਪੋਰਟ ਇਸਲਾਮਾਬਾਦ ਜੋ ਥੀ ਦਾ ਸੀ ਹਫਤੇ 12 ਵਜੇ। ਹੂੰ, ਇਹ ਤਾਂ ਉਹ ਜਿਹੜੀ ਫੁੱਫੂਸ ਮੀਨਾ ਦੀ ਫਾਰਮਾ ਕਰਵਾਈ ਸੀ ਦੀ ਹੈ, ਇਹਨੂੰ ਕੀ ਕਹਿੰਦੇ ਹੁੰਦੇ ਆ? ਸਿਟੀ ਸਕੈਨ। ਸਿਟੀ ਸਕੈਨ, ਹਾਂ। ਗੁਰਦੇ ਦਾ ਸਿਟੀ ਸਕੈਨ ਹੈ ਯਾਰ। ਹਾਂ, 1650 ਰੁਪਏ ਦਾ ਕਿਦਾਂ ਨੇ। ਅੱਛਾ, ਰਿਪੋਰਟ ਵਾਲੀ ਨਹੀਂ ਮਿਲ ਸੀ ਹਫਤੇ ਨਹੀਂ 12 ਵਜੇ। ਅੱਛਾ, ਉਹ ਆਖੇ ਹਫਤੇ ਸਵੇਰੇ ਸਵੇਰੇ ਆਵਣੀ ਦੋ ਟੈਸਟ ਬੇਨ, ਪਤਾ ਨਹੀਂ ਬਲੱਡ ਦੇਨ, ਪਤਾ ਨਹੀਂ ਕਿਹੜੀ ਸ਼ਾਇਦ ਉਹ ਲੈਕੜੇ ਸੁਣਾ 12 ਵਜੇ ਤੇ ਉਹ ਕਰਵਾ ਗਏ ਨੇ ਵਾਲੇ ਰਿਪੋਰਟ ਚਾਵੇਂ ਵਾਲ ਪਤਾ ਲੱਗ ਸੀ। ਅੱਛਾ, ਹੁਣ ਲੋਕੀ ਡਾਕਟਰ ਸਾਹਿਬ ਕੀ ਕਹਿ ਰਹੇ ਆ ਕਿ ਪਹਿਲੇ ਕੋਸ਼ਿਸ਼ ਇਸ ਤਰ੍ਹਾਂ ਕਰਾਂਗੇ ਪਾਈਪ ਕੱਢਣ ਦੀ? ਪਾਈਪ ਕੱਢਾਂਗੇ ਤੇ ਤਕੁਣਾ ਦਵਾਈ ਇਵੇਂ ਲੈਕੜੇ ਸੂ, ਤੂੰ ਦਵਾਈ ਖਾਂਦਾ ਰਹਿ ਮੈਨੇ ਪੱਥਰੀ ਨਿਕਲ ਵੈ ਸੀ ਤੇ ਦੁਬਾਰਾ ਪਾਈਪ ਨਾ ਨਿਕਲਾ ਵਾਲਾ ਆਪਰੇਸ਼ਨ ਕਰਨਾ ਪਿਆ। ਆਪਰੇਸ਼ਨ ਤੇ ਇੱਕ ਹੀ ਗੁਰਦਾ ਦਾ ਵੀ ਆਪਰੇਸ਼ਨ ਹੋ ਗਿਆ ਤੇ ਫਿਰ ਮਸਲਾ ਬਣੇ। ਉਹ ਤਾਂ ਗੱਲ ਕਿਦਨ ਉਹ ਆਖਣਾ ਸਾਂ ਕੋਸ਼ਿਸ਼ ਕਰੇ ਸੂ ਪਾਈਪ ਇਵੇਂ ਨਿਕਲ ਗਿਆ ਤਾਂ ਉਹ ਡਾਕਟਰ ਦੇ ਗੁੱਸੇ ਵੀ ਪਤਾ ਵੀ ਹੈ ਬਹਿ ਗੁਰਦਾ ਇਹਨੇ ਪਾਈਪ ਨਾ ਛੋੜਨਾ ਹੈ। ਪਾਈਪ ਛੋੜ ਦਿੱਤੇ ਨੇ। ਚਲੋ, ਅੱਲਾ ਪਾਕ ਕਰਮ ਕਰੇ। ਅੱਲਾ ਕਰਮ ਕਰੇ ਬਸ, ਅੱਲਾ ਤਾਲਾ ਤੁਹਾਨੂੰ ਤੰਦਰੁਸਤੀ ਦੇਵੇ। ਹਾਂਜੀ, ਇਸ ਫੈਮਿਲੀ ਵਾਸਤੇ ਅਸੀਂ ਪੱਖਾ ਹਾਂਜੀ ਲੈ ਕੇ ਆਏ ਸੀਗੇ। ਹਾਂਜੀ, ਤੇ ਨਾਲ ਸੋਲਰ ਪਲੇਟ ਦਾ ਇੰਤਜ਼ਾਮ ਜਿਹੜਾ ਉਹ। ਹਾਂਜੀ ਹਾਂਜੀ, ਕਿਉਂਕਿ ਛੋਟੇ ਛੋਟੇ ਬੱਚੇ ਸੀਗੇ ਫਾਤਿਮਾ ਜੀ। ਜੀ ਜੀ, ਹਾਂਜੀ, ਤੇ ਇਹ ਤੁਸੀਂ ਦੇਖ ਸਕਦੇ ਹੋ। ਹਾਂਜੀ, ਹਾਂਜੀ, ਸੋਲਰ ਪਲੇਟ ਤੇ ਚੱਲਣ ਵਾਲਾ ਪੰਖਾ। ਹਾਂਜੀ, ਹਾਂਜੀ, ਤੇ ਹਾਂ ਬੇਟਾ ਇਧਰ ਰਿਮੋਟ ਦੇ ਦੋ, ਰਿਮੋਟ ਮੰਗ ਰਹੀ ਹੈ। ਆਜੋ ਮੇਰੇ ਪਾਸ ਫਾਤਮਾ ਜੀ, ਮਸ਼ਦ ਕੇ ਜਾਏ। ਹਾਂਜੀ, ਅਲਹਮਦੁਲਿਲਾ। ਹਾਂਜੀ ਬਾਜੀ, ਹੁਣਾ ਵਾਸਤੇ ਜਿਹੜਾ ਸੋਲਰ ਪਲੇਟ ਤੇ ਚੱਲਣ ਵਾਲਾ ਪੰਖਾ ਤੇ ਸੋਲਰ ਪਲੇਟ ਲੈ ਕੇ ਆਏ ਆ। ਹਾਂਜੀ, ਗਰਮੀ ਬਹੁਤ ਜ਼ਿਆਦਾ ਵਾ। ਹਾਂਜੀ, ਤੇ ਪੱਖੇ ਦਾ ਮੋਢ ਲੈ ਆਇਆ ਤੇ ਪਰ ਭੁੱਲ ਆਏ ਆ। ਹਾਂਜੀ, ਉਹ ਇਸ ਤਰ੍ਹਾਂ ਹੋਇਆ ਕਿ ਪੰਖਾ ਅਸੀਂ ਜਿਹੜਾ ਨਾ ਉਹ ਲੈਣ ਦਾ ਵਾ, ਇਹ ਪੰਖਾ ਵਾ ਤੇ ਇਹਦੇ ਜਿਹੜੇ ਪਰ ਆ ਨਾ ਹਾਂਜੀ ਉਹ ਅਸੀਂ ਜਲਦੀ ਦੇ ਵਿੱਚ ਉਸ ਦੁਕਾਨ ਤੇ ਭੁੱਲੇ ਆ। ਮਾਸ਼ਾਅੱਲਾ ਮੌਸਮ ਜੀ, ਪੰਖੇ ਦਾ ਡਿਜ਼ਾਈਨ ਤਾਂ ਬਹੁਤ ਪਿਆਰਾ, ਫਸਟ ਕਲਾਸ। ਹਾਂਜੀ ਦੇਖੋ ਜੀ ਤੁਸੀਂ, ਬੜਾ ਜ਼ਬਰਦਸਤ ਆ। ਹਾਂਜੀ, ਹੂੰ, ਤੇ ਮੋਟਰ ਆ ਗਈ ਆ ਤੇ ਪਰ ਰਹਿ ਗਏ ਆ। ਪਰ ਇਨਸ਼ਾਅੱਲਾ ਲੈਵਾਂਗੇ, ਉਹ ਬਾਸ ਦਫਾ ਗਰਮੀ ਇੰਨੀ ਆ ਜ਼ੇਨ ਚੋਂ ਨਹੀਂ ਰਹਿੰਦਾ ਹੈਗਾ, ਨਿਕਲ ਜਾਂਦਾ ਵਾ। ਤੇ ਕੋਈ ਨਹੀਂ, ਮੋਟਰ ਆ ਗਈ ਆ, ਪਰ ਵੀ ਆ ਜਾਣਗੇ ਇਨਸ਼ਾਅੱਲਾ। ਸਵੇਰੇ ਪਰ ਲਿਆ ਕੇ ਤੇ ਇਹਨਾਂ ਨੂੰ ਫਿੱਟ ਕਰ ਦਾਂਗੇ ਅੰਦਰ, ਤਾਂ ਕਿ ਪੱਖਾ ਚੱਲਦਾ ਰਹੇ। ਗਰਮੀ ਬਹੁਤ ਜ਼ਿਆਦਾ ਵਾ ਤੇ ਇਹਨਾਂ ਦੇ ਉਹ ਛੋਟੇ ਛੋਟੇ ਮਾਸੂਮ ਬੱਚੇ ਆ ਦੇਖੋ ਜਿਹੜੇ ਪਰੇ ਬੈਠੇ ਨੇ। ਤੇ ਦੁਆ ਕਰਿਓ ਅੱਲਾ ਪਾਕ ਭਾਈ ਜੀ ਨੂੰ ਜਲਦ ਸਿਹਤਯਾਬ ਕਰੇ, ਤਾਂ ਕਿ ਆਪਣਾ ਜਿਹੜਾ ਨਾ ਰਿਜ਼ਕ ਹਲਾਲ ਕਮਾ ਕੇ ਆਪਣੇ ਬੱਚਿਆਂ ਦੀ ਕਫਾਲਤ ਕਰ ਸਕੇ। ਹੱਲੇ ਤੇ ਉਹ ਫਿਲਹਾਲ ਵਿਚਾਰੇ ਚਾਰ ਪਾਈ ਤੇ ਪੈਣ ਤੇ ਵੀ ਬਹੁਤ ਜ਼ਿਆਦਾ। ਇਹ ਤੁਸੀਂ ਅੰਦਰ ਰੱਖੋ ਤੇ ਪਰ ਜਿਹੜੇ ਆ ਤੁਹਾਨੂੰ ਅਸੀਂ ਕੱਲ ਲਿਆ ਦਾਂਗੇ, ਠੀਕ ਹੈ? ਹਾਂਜੀ ਹਾਂਜੀ, ਅਸੀਂ ਪਹਿਲੀ ਵਾਰੀ ਹੋਇਆ ਫਾਤਮਾ ਮੇਰੇ ਨਾਲ ਹੀ ਹੋਇਆ ਵਾ। ਹਾਂਜੀ, ਕਿ ਪੱਖਾ ਲੈਣ ਦਾ ਪਰ ਘਰ ਦੁਕਾਨ ਤੇ ਭੁੱਲੇ ਆਏ, ਦੁਕਾਨ ਤੇ ਭੁੱਲੇ। ਹਾਂਜੀ, ਪਰ ਇਹ ਵੀ ਉਲਟੀਆਂ ਫਿਰ ਸਿਰਫ ਪਾਣੀ ਪੀਂਦੇ ਆ ਜੀ। ਆ
रोटी खावा उल्टी आ में दे, कोई चीज खावा उल्टी कल थोले ने चावल दही आले खा देन, चावल नहीं खाई दे दही आले भाई, दही ठड्डी थी दे ना आंच दर्द है, चावल तो वैसे ही नुकसान दे ओ हूं वाले वाल उल्टी नहीं, नहीं, वाल में कोई चीज नहीं खाती, दही बाद खा देना, परहेज करना पड़ेगा चावल तो। बेटा बंद कर देना, चलो मैं बाहर, डॉक्टर साहब जेड़े है ना सारा तो पहले बंद कर देने चावल जी हां, चावल हो गए, बड़ा गोश्त हो गया, पालक हो गई, ठीक है, डॉक्टरां दे मशरे दे नाल ही तुसी खुराक इस्तेमाल करो जी, ठीक है ना जी। इस तरह अगर तुसी खुराक दा ख्याल नहीं करोगे तो ये तुहाडा यानी जेड़ा एक गुर्दा बचा होया अल्लाह ना करे ज्यादा भी खराब हो सकता जी, ठीक है ना, ठीक है ना, तो ये तुसी लाजमी डॉक्टर कोलो पूछ के तो फिर खुराक तुसी इस्तेमाल करो जी। जूता पहनो, अपना अपना जूता पहनो, चले चलो मौसम नवाज, हाँ जी भाजी हुणी नूं दो कुछ पैसे, ये अपना जेड़ा ना टेस्ट वगैरह मुकम्मल करवाउण, ते हाँ जी बाजी ये 10,000 रुपए ने सोलर पंखा, सोलर प्लेट, ते 10,000 रुपए असद फैमिली ने यूएसए तो ताडे वास्ते भेजे ने, उन्हां वास्ते दुआ करियो, अल्लाह पाक उन्हां नूं अच्छी सेहत लंबी जिंदगी देवे, आमीन जी। चलो चले दुआ करियो, देखने भैन भरावां नाल भी गुजारिश कर दी कि भाई दी वाकई सीरियस बहुत ज़्यादा कंडीशन जी वो सीरीयस आ, बड़ी बुरी हालत आ, कुछ भी वो खाते हैं तो उन्होंने हजम नहीं हुंदा, सिर्फ 3 दिन हो गए पानी पी के गुजारा कर रहे हैं, कोई भी चीज़ खाते हैं तो उल्टी आ जाती है, तो अल्लाह पाक का शुक्र अदा करते हैं कि किसी बीमार के काम आ रहे हैं, किसी मरीज के अच्छा दवाई नहीं खा सकते, अंदर जड़ी वो नाली छोड़, हाँ चलो अल्लाह करम करेगा इंशाल्लाह, ताड़ा ऑपरेशन होएगा तो इंशाल्लाह बेहतरी आएगी, सोलर प्लेट अल्लाह पाक ने तुहानू देती है, नाल ही तुहानू पंखा जेड़ा वा वो भी मिल गया वा, तो चलो ये आ के बच्चे जेड़े हुण वो गर्मी तो महफूज रहेंगे, बहुत शुक्रिया, खुश रहो, खुशियां मंडो अल्लाह के हवाले।